ਵਾਸਤੇ ਮੈਂ ਮਿਹਨਤ ਕੀਤੀ ਹੈ ਮੈਂ ਨਹੀਂ ਪੜਿਆ ਜੋ ਫਲ ਬਰਛ ਦੇ ਕੀਵੇਂ ਕੱਢੇ ਪਰ ਪਤਾ ਹੈ ਮੈਂ ਸ਼ਹਾਦਤ ਪੜਾ ਪੂਰੇ ਘੰਟੇ ਦੇ ਮਜ਼ਮੂਨ ਨੇ ਸ਼ਾਹ ਜੀ ਮੈਂ ਨਹੀਂ ਪੜਿਆ ਜੋ ਆਇਆ ਪੁੱਤਰ ਦੀ ਲਾਸ਼ ਤੇ ਕੀਵੇਂ ਇਤਨਾ ਰਸੈਨਾ ਜਦਾ ਪੁੱਤਰ ਦੀ ਲਾਸ਼ ਤੇ ਆਇਆ ਨਾ ਫਕੀਰ ਮੂੰਹ ਤੇ ਮਾਤਮ ਕੀਤਾ ਹੈ ਤਾਂ ਰੋ ਕੇ ਆਉਂਦੇ ਮੈਂ ਮੰਨ ਗਿਆ ਉਹ ਸੋਹਣਾ ਜਵਾਨ ਤੁਹਾਡਾ ਪੁੱਤਰ ਹੈ ਹੁਸੈਨ ਦੀ ਆਵਾਜ਼ ਅੱਗੇ ਨਾ ਮੰਨਦਾ ਹੁਣ ਕਿਉਂ ਮੰਨ ਗਿਆ ਮੂੰਹ ਤੇ ਮਾਤਮ ਕਰਕੇ ਆਉਂਦੇ ਜਦੋਂ ਥੋੜੀ ਦੇਰ ਪਹਿਲੇ ਉਹ ਪਿੱਛੇ ਮੈਨੂੰ ਮਿਲਿਆ ਹੈ ਨਾ ਤੇਰੀ ਦਾੜੀ ਦਾ ਰੰਗ ਕਾਲਾ ਜਦੋਂ ਦਾ ਪੁੱਤਰ ਦੀ ਲਾਸ਼ ਤੇ ਆਇਆ ਤੇਰੀ ਦਾੜੀ ਦਾ ਰੰਗ ਸਫੇਦ ਹੋ ਗਈ ਹੈ ਮੈਂ ਸੱਚ ਕਿਉਂ ਜਾਵਾਂ ਹੁਸੈਨ ਬਾਦਸ਼ਾਹ ਨੇ ਕੁਝ ਬੰਦੇ ਪੜਦੇ ਜੋ ਇੰਜ ਲਾਸ਼ ਚ ਕੁਝ ਪੜਦੇ ਜੋ ਇੰਜ ਲਾਸ਼ ਚ ਲੇਕਿਨ ਗੱਲ ਇੱਥੇ ਮੁੱਕਦੀ ਹੈ ਬੁੱਢੜਾ ਪਿਓ ਤੇ ਜਵਾਨ ਪੁੱਤ ਦੀ ਲਾਸ਼ ਚਾਹੀ ਕਿਵੇਂ ਹੋ ਸਕੀ ਮੈਂ ਬਿਸਮਿਲ ਕਰ ਉਹ ਖਾਤੇ ਬਾਵੇਂ ਸੋਖਾ ਹੋਰ ਜੇ ਤੱਤਾ ਪਾਣੀ ਉਹ ਮਾਤੀ ਬੈਠੋ ਅਕਬਰ ਦਾ ਵਾਸਤੇ ਸੀ ਨਾ ਪਿਆਰਾ ਮੈਂ ਕਰੇ ਉਹ ਖਾਤੇ ਬਾਵੇਂ ਸੋਖਾ ਮੈਂ ਪਤਾ ਤੂੰ ਮੈਂ ਦਾਸ਼ਕ ਤੇ ਮੈਂ ਪੜਨਾ ਚਾਹਨਾ ਚਾਹ ਕਿ ਹੁਸੈਨ ਲਾਸ਼ ਖਾਨੇ ਆਂ ਸਾਰੀਆਂ ਬੀਬੀਆਂ ਪੱਥਰਾਂ ਦਾ ਮਾਤਮ ਕੀਤੇ ਕੋ ਅਲੀ ਅਕਬਰ ਦੀ ਲਾਸ਼ ਤੇ ਹਰ ਬੀਬੀ ਨੇ ਅਲੀ ਅਕਬਰ ਦੀ ਲਾਸ਼ ਤੇ ਬਾਬਾ ਜੀ ਪੱਥਰਾਂ ਦਾ ਮਾਤਮ ਕੀਤੇ ਆਵਾਜ਼ ਆਈ ਹੁਸੈਨ ਦੀ ਸਾਰੀਆਂ ਰੋਣੀਆਂ ਪਈਓ ਇਹ ਦਸੋਂ ਅਕਬਰ ਦੇ ਜਾਵਣ ਵਾਲੀ ਮਾਂ ਜਿਸ 18 ਸਾਲ ਪੁੱਤਰ ਨਹੀਂ ਸਜਿਆ ਜਿਹੜੀ ਅਕਬਰ ਦੀ ਕੰਨ ਵੇਂਦੀ ਹੋਈ ਚੜਾਉਂਦੀ ਰਹਿੰਦੀ ਹੈ ਤੇ ਦੁਆਵਾਂ ਮੰਗਦੀ ਹੈ ਅਕਬਰ ਦੇ ਜਾਵਣ ਵਾਲੀ ਮਾਂ ਦਾ ਇਲਾਕ ਕਿੱਥੇ ਜਾਬ ਫਜ਼ਲ ਦੀ ਆਵਾਜ਼ ਕੇ ਮੌਲਾ ਉਹ ਦੇਖੋ ਸਾਨੂੰ ਮਿੱਟੀ ਤੇ ਬੈ ਕੇ ਰੋਂਦੀ ਪਈ ਆਵਾਜ਼ ਹੀ ਲੈਲਾ ਤੂੰ ਨਹੀਂ ਰੋਣਾ ਸਾਰੇ ਰੋਂਦੇ ਪੈਂਦੇ ਤੜ ਅਕਬਰ ਠੜ ਗਿਆ ਮੈਂਡੀ ਸਿਰ ਕੰਬਰ ਤੇ ਹੱਥ ਰੱਖ ਕੇ ਅਕਬਰ ਦੀ ਲਾਸ਼ ਤੇ ਆਪੇ ਰਵੈਣ ਕੀਤਾ ਸੁਣਾਵਾਂ ਮੈਂਡੀ ਸਹਿਣ ਵੈਣ ਕੇ ਕੀਤਾ ਬੀਬੀ ਆਂਦੀ ਸਾਰਾ ਤਜਾਇਆ ਅੱਲਾ ਵਸਾਇਆ ਸਾਰਾ ਤਜਾਇਆ ਮਾਤਮ ਕਰਦਾ ਤੇ ਉਸ ਮਨ ਮਾਤਮ ਜੈਸੇ ਜੇ ਜਵਾਨ ਅਕਬਰ ਦੇ ਵਿੱਚ ਮਾਤਮੀ ਵਸਾਇਆ ਸਾਰਾ ਤਜਾਇਆ ਅੱਲਾ ਵਸਾਇਆ ਸਾਰਾ ਤਜਾਇਆ अकबर दे सीने तो जरा हट हट अच्छा अकबर दे सीने तो जरा हट हट अच्छा मैं हमले सा तो बरछी कड़ के मैं हमले सा तो बरछी कड़ के अपने ने निभे दे तगाजे को सजार अपने ने निभे दे जड़े माथी बैठे सिंह ने मैं माफी देवे अगला वैन बनो खवेड़े मंजे कोई मदीने सवेरा को आखे मत 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 बीने सवेरा को आखे मंजे कोई मदीने सवेरा को आखे तड़ भर दे मिलने दिया तागा लाचा अकबर दे मिलने दिया तागा लाचा हुसैन दी चार साल दी भूल के हाल थे मेरी से सकीना करबला दी खाचा के सारे चरवाइए अकल मार करो रो के आंदी मैं को गल ना ला मर गए मन पर लाचा मन वीर मर गए आत्मा क्या खाए